ਸਸ਼ੀ ਕਾਲ ਸਖਿਆਰਤਿਓ ਮੇਰਾ ਨਾਮ ਮਨਦੀਪ ਕੌਰ ਮੈਂ ਗੌਰਮੈਂਟ ਟਾਈਟਡ ਵੂਮਨ ਪਟਿਆਲਾ ਤੋਂ ਸਰਫੇਸ ਔਰਨਾ ਮੈਂਟੇਨੈਂਸ ਟੈਕਨੀਕ ਦੀ ਇਨਸਟ੍ਰਕਟਰ ਹਾਂ ਮੇਰੇ ਅੱਜ ਦਾ ਵਿਸ਼ਾ ਹੈ ਐਸੈਸਰੀਜ਼ ਆਫ ਐਸੈਸਰੀਜ਼ ਯੂਜ਼ਡ ਇਨ embroiderry ਆਰੀ ਆਰੀ ਵਰਕ ਵਿੱਚ ਕਿਹੜੀ ਐਸੈਸਰੀ ਵਰਤੀ ਜਾਂਦੀ ਹੈ ਉਸ ਸੰਬੰਧੀ ਮੈਂ ਤੁਹਾਨੂੰ ਜਾਣਕਾਰੀ ਦਵਾਂਗੀ ਆਓ ਸਖਿਆਰਤਿਓ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਰੀ ਬਾਰੇ ਜਾਣਕਾਰੀ ਦਵਾਂਗੀ ਆਰੀ ਕੀ ਹੁੰਦਾ ਹੈ इंट्रोडक्शन ऑफ आरी वर्क आरी वर्क इज़ अ टाइप ऑफ इंब्रॉयडरी विच इज़ डन ऑन स्ट्रेस फैब्रिक एंड स्टिचिंग द डिज़ाइन विद अ लोंग नीडल विच हैज़ अ हुक इन द एंड द नीडल इज़ नेम्ड एज आरी फ्रॉम विच द इम्ब्रॉयडरी वर्क ड्राइव्स इट्स नेम एज़ आरी वर्क आरी का काम एक किस्म एक किस्म की कढ़ाई है जो एक ताने हुए फैब्रिकी जाती है ਅਤੇ ਇੱਕ ਲੰਬੀ ਸੂਈ ਨਾਲ ਡਿਜ਼ਾਈਨ ਨੂੰ ਸਲਾਈ ਕਰਦਾ ਹੈ ਜਿਸ ਦਾ ਅੰਤ ਵਿੱਚ ਇੱਕ ਹੁੱਕ ਹੁੰਦੀ ਹੈ ਸੂਈ ਦਾ ਨਾਮ ਆਰੀ ਰੱਖਿਆ ਗਿਆ ਹੈ ਜਿੱਥੋਂ ਕਢਾਈ ਦਾ ਕੰਮ ਇਸ ਦਾ ਨਾਮ ਨਾਲ ਹੀ ਆਰੀ ਵਰਕ ਵਜੋਂ ਜਾਣਿਆ ਜਾਂਦਾ ਹੈ ਅਗਲਾ ਹੈ which work is done by are ਆਰੀ ਨਾਲ ਕੋਈ ਕਿਹੜਾ ਕੰਮ ਕੀਤਾ ਜਾਂਦਾ ਹੈ this work and then sense of beads stones golden and silver Threads, which give a raw richness to the design, Ari work is known for its Italian thread work that enhances the gravity of hand embroidery. Ari work has marketing in accents from twelfth century example from the time of Mughal ruling. With time, the work has spread the, to place like Lucknow, Uttar Pradesh, Rajasthan, Gujarat, and other place. ਇਸ ਕੰਮ ਵਿੱਚ ਮਨ ਕੇ ਪੱਥਰ ਸੁਨਹਿਰੀ ਅਤੇ ਚਾਂਦੀ ਦੇ ਧਾਗੇ ਹਨ ਜੋ ਡਿਜ਼ਾਈਨ ਨੂੰ ਇੱਕ ਸ਼ਾਹੀ ਅਮੀਰੀ ਪ੍ਰਦਾਨ ਕਰਦੇ ਹਨ ਆਰੀ ਦਾ ਕੰਮ ਆਪਣੇ ਸ਼ਾਨਦਾਰ ਧਾਗੇ ਦੇ ਕੰਮ ਲਈ ਜਾਣਿਆ ਜਾਂਦਾ ਹੈ ਜੋ ਹੱਥ ਦੀ ਕਢਾਈ ਦੀ ਗੰਭੀਰਤਾ ਨੂੰ ਵਧਾਉਂਦਾ ਹੈ ਆਰੀ ਦਾ ਕੰਮ ਆਪਣੀ ਹੋਂਦ ਨੂੰ 12ਵੀਂ ਸਦੀ ਵਿੱਚ ਲੈ ਕੇ ਆਇਆ ਅਰਥਾਤ ਇਹ ਮੁਗਲ ਸ਼ਾਸਨ ਦੇ ਸਮੇਂ ਵਿੱਚ ਆਇਆ ਉਨੇ ਇਹ ਜ਼ਿਆਦਾਤਰ ਲਖਨਊ ਉੱਤਰ ਪ੍ਰਦੇਸ਼ ਰਾਜਸਥਾਨ ਗੁਜਰਾਤ ਅਤੇ ਹੋਰ ਥਾਵਾਂ ਤੱਕ ਫੈਲ ਚੁੱਕਿਆ ਹੈ ਐਸੈਸਰੀ ਯੂਜ਼ਡ ਇਨ ਆਰੀ ਵਰਕ ਦਾ ਨੀਡਲ ਯੂਜ਼ਡ ਫॉर ਆਰੀ ਵਰਕ ਕਮਸ ਇਨ ਓਨਲੀ ਵਨ ਸਾਈਜ਼ ਐਂਡ ਦੇ ਆਰ ਅਵੇਲੇਬਲ ਇਨ ਲੋਕਰ ਮਾਰਕੀਟ ਕਲਰ ਥ्रेड्स ਆਰ ਯੂਜ਼ ਅਕੋਰਡਿੰਗ ਟੂ ਦਾ ਡਿਜ਼ਾਈਨ ਐਂਡ ਪੈਟਰਨਸ ਅਦਰ ਟੂਲ ਐਂਡ ਮਟੀਰੀਅਲਸ ਯੂਜ਼ਡ ਇਨ ਥਿਸ ਆ ਵਰਕ ਆਰ ਨੰਬਰ 1 scissors used to cut the thread number two re needles used to stitch the design pattern different types and color to beads and stones are used to embellish the embroidery design fabric gum is used to fix the stone on fabric jerry gold and silver uh, thread is used to stitch the design pattern whereas shades of embroidery thread are used to embroider the design bright check is a two part thread containing of a central core wire with a coiled with wire around it boolean or pearl thread is also a type of wire wound into a tight coil ਦੈਟ ਲੁੱਕ ਲਾਈਕ ਅ ਸਟ੍ਰੈਂਡ ਆਫ ਕੁਪਰ ਆਰੀ ਦੇ ਕੰਮ ਲਈ ਵਰਤੀ ਸੂਈ ਸਿਰਫ ਇੱਕ ਆਕਾਰ ਵਿੱਚ ਹੁੰਦੀ ਹੈ ਇਹ ਸਥਾਨਕ ਬਾਜ਼ਾਰ ਵਿੱਚ ਉਪਲਬਧ ਹੈ ਰੰਗीन ਧਾਗੇ ਦੀ ਵਰਤੋਂ ਡਿਜ਼ਾਈਨ ਅਤੇ ਪੈਟਰਨ ਦੇ ਅਨੁਸਾਰ ਕੀਤੀ ਜਾਂਦੀ ਹੈ ਇਸ ਕੰਮ ਵਿੱਚ ਵਰਤੇ ਜਾਣ ਵਾਲੇ ਹੋਰ ਸਾਧਨ ਅਤੇ ਸਮੱਗਰੀ ਹੇਠ ਲਿਖੇ ਹਨ ਨੰਬਰ 1 ਥਰੈਡ ਨੂੰ ਕੱਟਣ ਵਾਲੀ ਕੈਂਚੀ ਨੰਬਰ 2 ਆਰੀ ਅਨ ਥ੍ਰੈਡ ਨੰਬਰ ਇੱਕ ਥ੍ਰੈਡ ਨੂੰ ਕੱਟਣ ਕੱਟਣ ਵਾਲੀ ਕੈਂਚੀ ਨੰਬਰ 2 ਆਰੀ ਸੂਈ ਡਿਜ਼ਾਈਨ ਪੈਟਰਨ ਨੂੰ ਸਲਾਈ ਕਰਨ ਲਈ ਵਰਤੀ ਜਾਂਦੀ ਹੈ ਮਨਕੇ ਅਤੇ ਪੱਥਰ ਦੀਆਂ ਵੱਖ-ਵੱਖ ਕਿਸਮਾਂ ਅਤੇ ਰੰਗ ਦੀ ਵਰਤੋਂ ਸਜਾਉਣ ਲਈ ਕੀਤੀ ਜਾਂਦੀ ਹੈ ਕਢਾਈ ਦਾ ਡਿਜ਼ਾਈਨ ਫੈਬਰਿਕ ਗਮ ਦੀ ਵਰਤੋਂ ਫੈਬਰਿਕ ਉੱਤੇ ਸਟੋਨ ਲਗਾਉਣ ਲਈ ਕੀਤੀ ਜਾਂਦੀ ਹੈ ਜ਼ਰੀ 골ਡ ਅਤੇ ਸਿਲਵਰ ਦਾ ਧਾਗਾ ਡਿਜ਼ਾਈਨ ਦੇ ਆਊਟਲਾਈਨਿੰਗ ਵਰਕ ਲਈ ਕੀਤੀ ਜਾਂਦੀ ਹੈ ਵਾਇਰ ਸਟ੍ਰੀਟਸ ਜਿਹੜੇ ਅਲੱਗ-ਅਲੱਗ ਸ਼ੇਡ ਤੇ ਰਿੱਲਾ ਨੇ ਉਹ ਡਿਜ਼ਾਈਨ ਨੂੰ ਉਭਾਰਨ ਲਈ ਵਰਤੇ ਜਾਂਦੇ ਹਨ ਬ੍ਰਾਈਟ ਚੈੱਕ ਜਿਹੜੇ ਹੁੰਦੇ ਨੇ ਉਹ ਥ੍ਰੈਡ ਬ੍ਰਾਈਟ ਚੈੱਕ ਇੱਕ ਦੋ ਹਿੱਸੇ ਦਾ ਧਾਗਾ ਹੁੰਦਾ ਹੈ ਜਿਸ ਵਿੱਚ ਕੇਂਦਰੀ ਕੋਰ ਦਾ ਤਾਰਾ ਤਾਰ ਹੁੰਦੀ ਹੈ ਇਸ ਦੇ ਦੁਆਲੇ ਇੱਕ ਕੋਲਡ ਤਾਰ ਹੁੰਦੀ ਹੈ ਬੁਲੀਅਨ ਅਤੇ ਪਰਲ ਥ੍ਰੈਡ ਇੱਕ ਤੰਗ ਕੋਇਲ ਵਿੱਚ ਵਾਇਰ ਦੀ ਇੱਕ ਕਿਸਮ ਹੈ ਕਿਸਮ ਦੀ ਜਖਮ ਹੈ ਜੋ ਕਿ ਸੋਨੇ ਦੇ ਮੋਤੀ ਦੇ ਤਾਰ ਵਾਂਗ ਦਿਖਾਈ ਦਿੰਦੀ ਹੈ ਅੱਗੇ ਤੁਹਾਡੇ ਸਾਹਮਣੇ ਇਹ ਪਿਕਚਰਸ ਹਨ ਜਿਹੜੀ ਕਿ ਆਰੀ ਵਰਕ ਲਈ ਵਰਤੀਆਂ ਜਾਂਦੀਆਂ ਹਨ ਜਿਵੇਂ ਕਿ 골ਡਨ ਰੀਲ ਜਰੀ ਵਾਲੀ ਨਾਲ ਆਰੀ ਹੈ ਅਲੱਗ-ਅਲੱਗ ਬੀਡਸ ਹੋਗੇ ਸਟੋਨਸ ਹੋਗੇ ਆਪਣਾ ਆਰੀ ਵਰਕ ਲਈ ਆਡਾ ਹੋ ਗਿਆ ਠੀਕ ਅਲੱਗ-ਅਲੱਗ ਵਸਤੂਆਂ ਜਿਹੜੀਆਂ ਕਿ ਆਰੀ ਵਰਕ ਲਈ ਵਰਤੀਆਂ ਜਾਂਦੀਆਂ ਹਨ ਨੈਕਸਟ ਆਪਣਾ ਹੈ ਮੇਕਿੰਗ ਆਫ ਆਰੀ ਵਰਕ ਆਰੀ ਵਰਕ ਕਿਸ ਤਰ੍ਹਾਂ ਬਣਾਇਆ ਜਾਂਦਾ ਫਰਸਟਲੀ ਦਾ ਰਿਕੁਆਇਰਡ ਟਾਈਪ ਆਫ ਫੈਬਰਿਕ ਸਟੈਸਟ ਐਂਡ ਟਾਈਡ ਟੂ ਅ ਫਰੇਮ ਟੂ ਰਿਮੂਵ ਲੂਸ ਫੋਲਡ ਵਿਚ ਦਾ ਹੈਲਪ ਆਫ ਅ ਲੀਡ ਪੈਨਸਲ অর ਚਾਕ ਪਾਊਡਰ ਦਾ ਡਿਜ਼ਾਈਨ ਇਜ਼ ਟ੍ਰੇਸਡ ਔਨ ਦਾ ਫੈਬਰਿਕ ਆਫਟਰ ਟ੍ਰੇਸਿੰਗ ਕੰਬੀਨੇਸ਼ਨ ਆਫ ਕਲਰ ਥਰੈਡ ਔਰ ਗੋਲਡਨ ਥਰੈਡ ਇਜ਼ ਕੰਬ੍ਰੋਡਰੀ ਲੌਂਗ ਦਾ ਟ੍ਰੇਸਡ ਡਿਜ਼ਾਈਨ ਆਰੀ ਨੀਡਲ ਇਜ਼ ਪੁਸ਼ਡ ਥਰੋ ਦਾ ਫੈਬਰਿਕ ਐਂਡ thread from the reverse side is hooked in the needle and pulled out from the upper side designs are made with golden or silver thread known as zari and are embodied embroidered with the stones and beads which gives the fabric a rich look shuruaati taur te lorinde samay lorinde kisam de fabric nu fabric nu frame de vich tight stretch kita janda hai ਮਤਲਬ ਵੀ ਫਰੇਮ ਦੇ ਵਿੱਚ ਚੰਗੀ ਤਰ੍ਹਾਂ ਸਟ੍ਰੈਚ ਕਰ ਲਿਆ ਜਾਂਦਾ ਤਾਂ ਕਿ ਉਹਦੇ ਵਿੱਚ ਕੋਈ ਬਟ ਬਟ ਨਾ ਪਵੇ ਨੰਬਰ 2 ਫਿਰ ਪੈਨਸਲ ਜਾਂ ਚਾਕ ਪਾਊਡਰ ਚਾਕ ਪਾਊਡਰ ਦੀ ਸਹਾਇਤਾ ਨਾਲ ਕੱਪੜੇ ਦੇ ਉੱਪਰ ਡਿਜ਼ਾਈਨ ਛਾਪਿਆ ਜਾਂਦਾ ਹੈ ਟ੍ਰੇਸ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਫੈਬਰਿਕ ਦੇ ਉੱਤੇ ਧਾਗੇ ਨਾ ਧਾਗੇ ਚੈੱਕ ਕਰ ਲਏ ਜਾਂਦੇ ਹਨ ਕਿ ਡਿਜ਼ਾਈਨ ਦੇ ਸਹਾਰੇ ਨਾਲ ਕਿਹੜੇ ਧਾਗੇ ਵਰਤੇ ਜਾਣਗੇ ਉਸ ਤੋਂ ਬਾਅਦ ਫਿਰ ਆਰੀ ਸੂਈ ਨੂੰ ਫੈਬਰਿਕ ਦੇ ذریعے ਧੱਕਿਆ ਜਾਂਦਾ ਹੈ ਅਤੇ ਉਲਟੇ ਪਾਸੇ ਤੋਂ ਥ੍ਰੈਡ ਨੂੰ ਸੂਈ ਵਿੱਚ ਬੰਨ੍ਹਿਆ ਜਾਂਦਾ ਹੈ ਉੱਪਰ ਵਾਲੇ ਪਾਸੇ ਨੂੰ ਇਸ ਨੂੰ ਖਿੱਚ ਲਿਆ ਜਾਂਦਾ ਹੈ ਡਿਜ਼ਾਈਨ ਸੁਨਹਿਰੀ ਅਤੇ ਚਾਂਦੀ ਦੇ ਧਾਗਿਆਂ ਨਾਲ ਸਜਾਏ ਗਏ ਹਨ ਜੋ ਜਰੀ ਵਜੋਂ ਜਾਣੇ ਜਾਂਦੇ ਹਨ ਅਤੇ ਪੱਥਰ ਅਤੇ ਮਨਕਿਆਂ ਨਾਲ ਕਢਾਈ ਕੀਤੀ ਜਾਂਦੇ ਹਨ ਜੋ ਕਿ ਫੈਬਰਿਕ ਨੂੰ ਇੱਕ ਸ਼ਾਨਦਾਰ ਅਮੀਰ ਦਿੱਖ ਪ੍ਰਦਾਨ ਕਰਦਾ ਹੈ ਵਿੱਚ ਡਰੈਸ ਮੇਡ ਵਿਦ ਆਰੀ ਵਰਕ ਆਰੀ ਵਰਕ ਨਾਲ ਕਿਹੜੀ ਕਿਹੜੀ ਡਰੈਸਿਸ ਬਣਾਈ ਹੈ ਦ ਡਿਜ਼ਾਈਨ ਦੈਮਸ ਆਰ ਫਲਾਵਰਸ ਐਨੀਮਲਸ ਐਂਡ ਬਰਡ ਫਿਕਰ ਲਾਈਕ ਐਲੀਫੈਂਟਸ ਐਂਡ ਪੀਕੌਕ ਡਿਜ਼ਾਈਨ ਦੇ देयर ਵਰਕ ਸਪੈਸ਼ਲਿਟੀ ਇਸ ਕਲਮਕਾਰੀ ਪੈਚ ਵਰਕ ਵਿਚ ਇਜ਼ ਡਨ ਔਨ ਆਲ ਟਾਈਪ ਆਫ ਐਟਰੀ ਦ ਡਿਜ਼ਾਈਨ ਆਰ ਇੰਬੋਡਡ ਔਨ ਬਲਾਊਸ ਪੀਸ ਡਰੈਸ ਮਟੀਰੀਅਲ ਸਾੜੀ ਐਂਡ ਚੂੜੀਦਾਰ ਦ ਵਰਕ ਇਜ਼ ਮੇਨਲੀ ਡਨ ਬਾਈ ਵੂਮਨ ਆਰਟਿਸਟ ਲੈਟਲੀ ਈਵਨ men have joined the work design the de theme full janwar panchhi chitra han jivein haathi ate de mor design unna de kaam di visheshta kalakari patch work hai jo har kisam de pehrawe te kiti jandi hai design blouses de tukde pehrawe de smagri, saariyan, ate, de di samagri saadiyan ate choodidar te kiti jandi hai kaam mukh taur te mahila karigar dwara kitta janda par hun haal vich aadmi vi is kaam vich bahut interest and dehan thank you